ਦਾ ਕੀ ਹਾਲ ਹੈ? ਹਾਲ ਚੰਗਾ ਚੱਲ ਰਿਹਾ। ਕੀ ਪੁੱਠੀਆਂ ਸਿੱਧੀਆਂ ਗੱਲਾਂ ਮੇਰੇ ਨਾਲ ਕਰਦਾ ਰਹਿਣਾ? ਮੈਂ ਪੁੱਤਰ ਹੁਣ ਬੁੱਢੀ ਮੇਰੀ ਨੇ ਰੋਜ਼ਾ ਇਫਤਾਰੀ ਕਰਨਾ ਤੇ ਉਹਦੇ ਲਈ ਮੈਂ ਸਾਲਣ ਗਰਮ ਕਰਨ ਲੱਗਾ, ਨਾਲੇ ਸਾਲਣ ਬਣਾਉਣਾ ਪਿਆ। ਆ ਹੁਣੇ ਮੈਂ ਸਾਲਣ ਬਣਾਇਆ ਤੇ ਆ ਵੇ ਪਕਾਇਆ ਵੀ ਮੈਂ ਕੀ ਆ, ਆਲੂ ਪੱਠੇ ਬੁੱਢੀ ਆਪਣੇ ਖਿਲਾਣੇ। ਬੁੱਢੀ ਮੇਰੀ ਇਸ ਟਾਈਮ ਸੁੱਤੀ ਦੀ ਹੈ ਤੇ ਹੁਣ ਤੂੰ ਬੋਲਣਾ ਨਹੀਂ ਸਹੀ ਹੈ, ਤੇ ਇਹ ਉਹਦੇ ਵਾਸਤੇ ਮੈਂ ਦੁੱਧ ਗਰਮ ਕੀਤਾ ਹੈ, ਵੇਖ ਲੈ ਪਤੀਲੀ ਚ ਵੇਖ ਲੈ ਦੁੱਧ ਗਰਮ ਕੀਤਾ ਤੇ ਉਹਨੂੰ ਮੈਂ ਪਿਲਾਣਾ ਸਹੀ ਹੈ। ਤੇ ਤੁਸੀਂ ਵੀ ਮੈਨੂੰ ਰਨ ਮਰੀਦ ਆਖਦੇ ਰਹਿੰਦੇ, ਬੁੱਢੀ ਦੀ ਖਿਦਮਤ ਕਰਿਆ ਕਰੋ, ਇਹਨੇ ਤੁਹਾਨੂੰ ਅਗਲੇ ਜਹਾਨ ਚ ਪਛਾਣਾ ਸਹੀ ਹੈ। ਬੁੱਢੀ ਨੂੰ ਦਰਜਾ ਦਿਓ ਸਹੀ ਹੈ, ਇਹਦੀਆਂ ਲੱਤਾਂ ਘੁੱਟ ਕੇ ਸੋਇਆ ਕਰੋ। ਉਸ ਤੋਂ ਬਾਅਦ ਮੈਂ ਤੇ ਆਪਣੀ ਬੁੱਢੀ ਖਿਦਮਤ ਕਰਿਆ, ਵੇਖ ਲਾ ਮੈਂ ਲੀੜਾ ਵੀ ਆਪਣੀ ਬੁੱਢੀ ਦਾ ਸਿਰ ਤੇ ਲੇਦਾ। ਪਤਾ ਕਿਉਂ? ਚਾਹਤ ਹੈ, ਇੱਕ ਪਿਆਰ ਹੈ, ਸਹੀ ਹੈ। ਤੇ ਇਹ ਤੁਸੀਂ ਵੇਖ ਦਿਓ, ਹੁਣ ਮੈਂ ਸਾਲਣ ਤੱਤਾ ਕਰਿਆ ਕਰਨਾ, ਬੁੱਢੀ ਮੇਰੀ ਰੋਜ਼ਾ ਖੋਲਣਾ, ਰੋਜ਼ਾ ਖੋਲ ਕੇ ਤੇ ਫੇਰ ਉਹਨੂੰ ਮੈਂ ਠਾਲਣਾ ਜੀ ਸਾਲਣ ਗਰਮ ਹੋ ਗਿਆ। ਇਹ ਰੋਟੀ ਬਣਾਈ ਉਹਦੇ ਵਾਸਤੇ ਤੇ ਰੋਟੀ ਮੈਂ ਇੱਥੇ ਰੱਖ ਛੱਡੀ ਹੈ, ਸਹੀ ਹੈ। ਚਲੋ ਬਸ।